ਲਾਂ ਦਾ ਕੀ ਆਖੀ ਵਗੇ ਜਿਸ ਮੁਸਨਫ ਦਾ ਨੀਰ ਨਹੀਂ ਉਹਨੂੰ ਕਲਮ ਚਲਾਣ ਦਾ ਕੀ ਆਕੇ ਗੱਲ ਸੁਣ ਕੇ ਜਿਨੇ ਨਹੀਂ ਅਮਲ ਕਰਨਾ ਉਹਨੂੰ ਗੱਲ ਸੁਣਾਉਣ ਦਾ ਕੀ ਆਕੇ ਤੇ ਜਿਹੜਾ ਆਏ ਮਹਿਮਾਨ ਨੂੰ ਜਾਣਦਾ ਨਹੀਂ ਉਹਨੂੰ ਕਿਸੇ ਵੱਲ ਜਾਣ ਦਾ ਕੀ ਆਕੇ ਜਿਹਦੀ ਆਵਾਜ਼ ਬਲਾਲ ਦੇ ਵਾਂਗ ਨਹੀਂ ਉਹਨੂੰ ਸੁਰਾਂ ਲਗਾਉਣ ਦਾ ਕੀ ਆਕੇ ਅੱਧੀ ਰਾਤ ਨੂੰ ਸਫ਼ਰ ਜੋ ਤੈਅ ਕਰਦਾ ਉਹਨੂੰ ਸਫ਼ਰੀ ਸਦਾਣ ਦਾ ਕੀ ਆਦੇ ਅੱਧੀ ਰਾਤ ਨੂੰ ਸਫ਼ਰ ਜੋ ਤੈਅ ਕਰਦਾ ਉਹਨੂੰ ਸਫ਼ਰੀ ਸਦਾਣ ਦਾ ਕੀ ਆਕੇ ਸਫ਼ਰੀ ਜੋ ਨਹੀਂ ਯਾਰ ਮਨਾ ਸਕਦਾ ਕੁੱਲੀ ਰਾਹ ਵਿੱਚ ਪਾਣ ਦਾ ਕੀ ਆਕੇ ਤੇ ਸੁਬਾਹ ਉੱਠ ਕੇ ਨਾ ਮਾਂ ਦਾ ਜਿਹੜਾ ਮੂੰਹ ਵੇਖੇ ਇੱਕ ਥਾਂ ਸ਼ਾਇਰ ਨੇ ਲਿਖਿਆ ਲੱਖਾਂ ਦੌਲਤਾਂ ਮਾਲ ਲਟਾ ਦੇਵੀ ਨਹੀਂ ਹੋਏ ਸਜਾਣ ਤੇ ਤੈਨੂੰ ਮਾਂ ਲੱਭਣੀ ਮਾਂ ਜੰਨਤ ਦਾ ਬੂਟਾ ਹੀ ਉਹ ਸੋਹਣਿਆ ਸੁੱਕ ਗਿਆ ਤੇ ਫੇਰ ਨਹੀਂ ਉਹ ਛਾਂ ਲੱਭਣੀ ਵੇ ਮਾਂ ਜੰਨਤ ਦਾ ਬੂਟਾ ਹੀ ਉਹ ਸੋਹਣਿਆ ਸੁੱਕ ਗਿਆ ਤੇ ਫੇਰ ਨਹੀਂ ਉਹ ਛਾਂ ਲੱਭਣੀ ਪੁੱਤਰਾਂ ਬਾਜ ਨਹੀਂ ਜੱਗ ਤੇ ਨਾ ਹੁੰਦਾ ਵੀਰ ਮਰਨ ਤੇ ਦੂਜੀ ਨਹੀਂ ਬਾਂ ਲੱਭਣੀ ਬੇਅਦਬ ਜਿਹੜਾ ਮਾਂ ਆਪਣੀ ਦਾ ਉਹਨੂੰ ਜੰਨਤ ਵਿੱਚੋਂ ਨਹੀਂ ਜੇ ਥਾਂ ਤੇ ਲਿਖਿਆ ਸੁਬਾਹ ਉੱਠ ਕੇ ਨਾ ਮਾਂ ਦਾ ਜਿਹੜਾ ਮੂੰਹ ਵੇਖੇ ਸੁਬਾਹ ਉੱਠ ਕੇ ਨਾ ਮਾਂ ਦਾ ਜਿਹੜਾ ਮੂੰਹ ਵੇਖੇ ਉਹਨੂੰ ਕਾਬੇ ਵੱਲ ਜਾਣ ਦਾ ਕੀ ਆਕੇ ਉਹ ਜਿਹੜਾ ਕਦਮਾਂ ਦੇ ਵਿੱਚ ਆਣ ਡਿੱਗੇ ਮਗਰ ਲੱਗ ਨਿਸ਼ਾਨ ਦਾ ਕੀ ਆਕੇ ਤੇ ਜਿਹੜਾ ਸੈਯਦ ਫਕੀਰ ਨੂੰ ਨਹੀਂ ਮੰਨਦਾ ਜਿਹੜਾ ਸੈਯਦ ਫਕੀਰ ਨੂੰ ਨਹੀਂ ਮੰਨਦਾ ਉਹਨੂੰ ਯਾਰ ਮਨਾਣ ਦਾ ਕੀ ਆਕੇ ਉਹ ਜਿਹੜਾ ਪੀਰ ਉਸਤਾਦ ਦਾ ਹੋਵੇ ਰੱਦਿਆ ਉਹਨੂੰ ਯਾਰ ਬਣਾਉਣ ਦਾ ਕੀ ਆਕੇ ਤੇ ਜਿਹੜੀ ਮਹਿਫਲ ਦੇ ਵਿੱਚ ਨਾ ਹਜ਼ੂਰ ਆਵਣ ਐਸੀ ਮਹਿਫਲ ਸਜਾਣ ਦਾ ਕੀ ਆਕੇ ਉਹ ਖਾ ਪੀ ਕੇ ਜਿੰਨੇ ਨੇ ਸ਼ੁਕਰ ਕਰਨਾ ਐਸਾ ਭੁੱਖਾ ਰਜਾਣ ਦਾ ਵੀ ਕੀ ਆਕੇ ਤੇ ਜਿਹੜਾ ਪੰਜਾਂ ਤੇ ਬਾਰਾਂ ਦਾ ਹੋਵੇ ਮੁਲਕਰ ਜਿਹੜਾ ਪੰਜਾਂ ਤੇ ਬਾਰਾਂ ਦਾ ਹੋਵੇ ਮੁਲਕਰ ਉਹਨੂੰ ਅਸ਼ਰ ਛਡਾਣ ਦਾ ਕੀ ਆਕੇ ਦੁੱਖ ਦੂਜੇ ਦਾ ਵੇਖ ਕੇ ਨਾ ਜੁਟਲਣ ਦੁੱਖ ਦੂਜੇ ਦਾ ਵੇਖ ਕੇ ਨਾ ਜੁਟਲਣ ਉਹਨੂੰ ਇਨਸਾਨ ਕਲਾਣ ਦਾ ਕੀ ਆਕੇ ਉਹ ਨਬੀ ਪਾਕ ਦੇ ਜੋੜੇ ਜਿਹੜਾ ਨਹੀਂ ਚੁੰਮਦਾ ਉਹਨੂੰ ਜੋੜੇ ਸਵਾਣ ਦਾ ਕੀ ਆਕੇ ਨਬੀ ਪਾਕ ਦੇ ਜੋੜੇ ਜਿਹੜਾ ਨਹੀਂ ਚੁੰਮਦਾ ਉਹਨੂੰ ਜੋੜੇ ਸਵਾਣ ਦਾ ਕੀ ਆਕੇ ਉਹ ਜਿਹਦਾ ਨਾਲ ਦਰੂਦ ਨਾ ਦਿਲ ਚਮਕੇ ਉਹਨੂੰ ਮੂੰਹ ਚਮਕਾਣ ਦਾ ਕੀ ਆਕੇ ਜਿਹਦਾ ਨਾਲ ਦਰੂਦ ਨਾ ਦਿਲ ਚਮਕੇ ਉਹਨੂੰ ਮੂੰਹ ਚਮਕਾਣ ਦਾ ਕੀ ਆਕੇ ਤੇ ਜ਼ਾਹਿਰ ਸ਼ਾਹ ਦੇ ਵਾਂਗ ਜੇ ਨਹੀਂ ਲਾਣੀ ਫਿਰ ਪ੍ਰੀਤ ਲਗਾਣ ਦਾ ਕੀ ਤੇ ਆਗਾਜ਼ ਕਰਦੇ ਹਾਂ ਤਾਜਦਾਰੇ ਮਦੀਨਾ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਆਕਾ ਦੋ ਜਹਾਂ ਦੇ ਵਾਲੀ ਦੀ ਨਾਤ ਉਸ ਵੇਲੇ ਦੀ ਕਿ ਜਦੋਂ ਆਪ ਸਰਕਾਰ ਤਾਜਦਾਰੇ ਮਦੀਨਾ ਦਾਈ ਹਲੀਮਾ ਦੇ ਘਰ ਤੇ ਸ਼ਰੀਫ ਲੈ ਕੇ ਆਏ ਕੁਝ ਦਿਨ ਗੁਜ਼ਰੇ ਦਾਈਆਂ ਇਸੇ ਤਰ੍ਹਾਂ ਹਲੀਮਾ ਦੇ ਦਰਵਾਜ਼ੇ ਤੇ ਆ ਕੇ ਜਮ੍ਹਾਂ ਹੋ ਗਈਆਂ ਆਖਿਆ ਨੀ ਹਲੀਮਾ ਜਦੋਂ ਅੱਧੀ ਰਾਤ ਆਉਂਦੀ ਹੈ ਤੇਰੀ ਕੁੱਲੀ ਚ ਨੂਰ ਦੀਆਂ ਸ਼ਵਾਵਾਂ ਉੱਠਦੀਆਂ ਨੇ ਸੁਭਾਨ ਅੱਲਾ ਸਾਦੀਆ ਹਲੀਮਾ ਤੇਰੀ ਕੱਖਾਂ ਦੀ ਕੁੱਲੀ ਵਿੱਚੋਂ ਨੂਰ ਦੀਆਂ ਸ਼ਵਾਵਾਂ ਉੱਠਦੀਆਂ ਨੇ ਕਿਹੜੀ ਚੀਜ਼ ਹੈ ਤੇਰੇ ਘਰ ਵਿੱਚ ਸਾਦੀਆ ਹਲੀਮਾ ਫਰਮਾਉਂਦੀਆਂ ਨੇ ਅਸੀਂ ਕੋਈ ਚੀਜ਼ ਨਹੀਂ ਹਾਂ ਇੱਕ ਜ਼ਰੂਰ ਹੈ ਪੁੱਛਿਆ ਕਿਹੜੀ ਆਖਿਆ ਨੀ ਮੈਂ ਉਹ ਸੋਹਣਾ ਨਬੀ ਲੈ ਕੇ ਆਈ ਹਾਂ ਜਿਹਨੂੰ ਤੁਸੀਂ ਯਤੀਮ ਸਮਝ ਕੇ ਛੱਡ ਆਉਂਦੇ ਸੀ ਇਹ ਸਾਰੀਆਂ ਸ਼ਾਨਾਂ ਬਰਕਤਾਂ ਉਸ ਤਾਜਦਾਰੇ ਮਦੀਨਾ ਦੀਆਂ ਨੇ ਦਾਈਆਂ ਕਹਿਣ ਲੱਗੀਆਂ ਇੰਜ ਕਰ ਫਿਰ ਸਾਨੂੰ ਵੀ ਆਕਾ ਦੋ ਜਹਾਂ ਦੇ ਵਾਲੀ ਦੀ ਜ਼ਿਆਰਤ ਕਰਾ ਦੇ ਸਾਦੀਆ ਹਲੀਮਾ ਫਰਮਾਨੀਆਂ ਨੇ ਜਾਓ ਚਲੀਆਂ ਜਾਓ ਜੇ ਮੇਰੇ ਨਬੀ ਦੀ ਦੀਦ ਦੀ ਇੰਨੀ ਚਾਹਤ ਹੁੰਦੀ ਮੇਰੇ ਸੋਹਣੇ ਨੂੰ ਛੱਡ ਕੇ ਨਾ ਆਉਂਦੀਆਂ ਸਾਰੀਆਂ ਦਾਈਆਂ ਵਾਪਸ ਮੁੜ ਗਈਆਂ ਇੱਕ ਦਾਈ ਦਰਵਾਜ਼ੇ ਤੇ ਬੈਠ ਗਈ ਸਾਦੀਆ ਹਲੀਮਾ ਨੂੰ ਪੁੱਛਦੀਆਂ ਨੇ ਤੂੰ ਕਿਉਂ ਨਹੀਂ ਗਈ ਤੇ ਦਾਈ ਕਹਿਣ ਲੱਗੀ ਸਾਦੀਆ ਹਲੀਮਾ ਮੈਂ ਤੇਰੀ ਗਲੀਜ਼ ਤੋਂ ਉਨੀ ਦੇਰ ਨਹੀਂ ਉੱਠਣਾ ਜਿੰਨੀ ਦੇਰ ਤੁਰੇ ਯਤੀਮ ਦਾ ਦੀਦਾਰ ਸਾਦੀਆ ਹਲੀਮਾ ਨੇ ਸੋਚਿਆ ਜ਼ਿੱਦ ਕਰ ਬੈਠੀ ਦੀਵਾਨੀ ਹੋ ਗਈ ਸਾਦੀਆ ਹਲੀਮਾ ਨੇ ਆਪਣੀ ਗੋਦ ਵਿੱਚ ਤਾਜਦਾਰੀ ਮਦੀਨਾ ਨੂੰ ਉਠਾਇਆ
उस दाई नू ज़ियारत कराई आख्या जा बीबी हुण अपना राह फड़ लै। ओ दाई कहन लगी सादिया हलीमा अगे बिन वेख्या नबी दी आशिक सा ते हुण ते मैं वेख लिया तेरा जो दिल करदा ही कर लै हुण मैं तेरी दलीस तू नहीं जाना। सादिया हलीमा फरमांदियां ने मैं माड़ी आ कक्खां दी कुली है दो चार बकरियां ने इत्थे रह के की करेगी। Oh, yeah.